ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਸਿਰਫ ਐਲਾਨ ਕਰਨ ਅਤੇ ਲਾਗੂ ਨਾ ਕਰਨ ਨਾਲ ਇੱਕ ਹਾਸੇ ਦਾ ਪਾਤਰ ਬਣੇ ਹਨ ਕਿਉਂਕਿ ਚੰਨੀ ਸਰਕਾਰ ਨੇ ਪਹਿਲਾਂ ਜੋਸ਼ ਨਾਲ ਅਨੇਕਾਂ ਐਲਾਨ ਕੀਤੇ ਪਰੰਤੂ ਜ਼ਮੀਨੀ ਪੱਧਰ ਤੇ ਕੁਝ ਵੀ ਲਾਗੂ ਨਹੀਂ ਕੀਤਾ ਗਿਆ। ਇਹ ਵਿਚਾਰ ਪੰਜਾਬ ਦੇ ਸਾਬਕਾ ਖਜ਼ਾਨਾ ਮੰਤਰੀ ਹਲਕਾ ਵਿਧਾਇਕ ਅਤੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਆਗੂ ਪਰਮਿੰਦਰ ਸਿੰਘ ਢੀਂਡਸਾ ਨੇ ਲਹਿਰਾ ਗਾਗਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਂਝੇ ਕੀਤੇ। ਇਹਦੇ ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਪੱਠਲ ਨੇ ਮੇਰੇ ਤੇ 14 ਕਰੋੜ ਰੁਪਏ ਘਪਲੇ ਦਾ ਦੋਸ਼ ਲਾਇਆ ਹੈ। ਇਸ ਸੰਬੰਧੀ ਮੈਂ ਚੈਲੰਜ ਕਰਦਾ ਹਾਂ ਕਿ 14 ਰੁਪਏ ਦਾ ਘਪਲਾ ਵੀ ਕੋਈ ਸਿੱਧ ਕਰ ਦੇਵੇ ਤਾਂ ਮੈਂ ਚੋਣ ਨਹੀਂ ਲੜਾਂਗਾ ਤੇ ਸਿਆਸਤ ਛੱਡ ਦੇਵਾਂਗਾ। ਦਰਅਸਲ ਬੀਬੀ ਪੱਠਲ ਅਜਿਹੀਆਂ ਗੱਲਾਂ ਬੁਖਲਾੜ ਵਿੱਚ ਆ ਕੇ ਕਰ ਰਹੀ ਹੈ ਕਿਉਂਕਿ ਉਹਨਾਂ ਨੂੰ ਮਹਿਸੂਸ ਹੋ ਰਿਹਾ ਕਿ ਲੋਕ ਮੇਰੀ ਕਾਰਗੁਜ਼ਾਰੀ ਤੋਂ ਨਿਰਾਸ਼ ਹਨ ਅਤੇ ਬੀਬੀ ਨੂੰ ਹਾਰ ਮੋਹਰੇ ਦਿਖਾਈ ਦੇ ਰਹੀ ਹੈ। ਆਪਣੀਆਂ ਕਮਜ਼ੋਰੀਆਂ ਨੂੰ ਛੁਪਾਉਣ ਦੇ ਲਈ ਉਹ ਊਲ ਜਲੂਲ ਬੋਲ ਰਹੇ ਹਨ ਜੋ ਕਿ ਉਹਨਾਂ ਦੇ ਲਈ ਠੀਕ ਨਹੀਂ ਹੈ। ਦੇਖੋ ਜਿਸ ਤਰੀਕੇ ਦੇ ਨਾਲ ਲੋਕ ਜੁੜ ਰਹੇ ਨੇ ਮੈਂ ਸਮਝਦਾ ਬੜਾ ਵਧੀਆ ਰਿਜ਼ਲਟ ਰਹਿਣਗੇ। ਅਤੇ ਦੂਜੀ ਗੱਲ ਅਸੀਂ ਪੰਜਾਬ ਦੇ ਲੰਬੇ ਭਵਿੱਖ ਨੂੰ ਪੰਜਾਬ ਦੀਆਂ ਜੋ ਮੁਸ਼ਕਲਾਂ ਨੇ ਸਮੱਸਿਆਵਾਂ ਨੇ ਉਹਨਾਂ ਨੂੰ ਹੱਲ ਕਰਨ ਲਈ ਅਤੇ ਪੰਜਾਬ ਦੀ ਤਰੱਕੀ ਲਈ ਇਕੱਠੇ ਹੋਏ ਹਾਂ ਅਤੇ ਸਾਡਾ ਪਹਿਲਾ ਨਿਸ਼ਾਨਾ ਹੀ ਹੋਏਗਾ ਵੀ ਪੰਜਾਬ ਦੇ ਲੰਬੇ ਸਮੇਂ ਤੋਂ ਲੜਕ ਰਹੇ ਮਸਲੇ ਪੰਜਾਬ ਦੀਆਂ ਜੋ ਅੱਜ ਲੋੜਾਂ ਨੇ ਉਹ ਪੂਰੀਆਂ ਹੋਣ ਅਤੇ ਫਿਰ ਆਪਣੇ ਆਪ ਹੀ ਜਿਹੜਾ ਹੈ ਸਾਡਾ ਜੋ ਇਹ ਅਲਾਇੰਸ ਹੈ ਹੋਰ ਮਜ਼ਬੂਤ ਹੋਏਗਾ। ਸੋ ਅਸੀਂ ਕੋਈ ਨਿੱਜੀ ਮਫਾਦ ਨਹੀਂ ਮੈਂ ਸਮਝਦਾ ਸਾਡਾ ਪਹਿਲਾ ਮਨੋਰਥ ਇਹੀ ਹੈ ਵੀ ਪੰਜਾਬ ਦੀ ਤਰੱਕੀ ਅਤੇ ਖੁਸ਼ਹਾਲੀ ਹੋਵੇ ਉਸ ਚੀਜ਼ ਨੂੰ ਮੁੱਖ ਰੱਖ ਕੇ ਅਸੀਂ ਇਕੱਠੇ ਹੋਏ। ਅਤੇ ਅਕਾਲੀ ਦਲ ਪੰਜ ਤਰੀਕ ਨੂੰ ਜੀ ਪ੍ਰਧਾਨ ਮੰਤਰੀ ਮੋਦੀ ਆ ਰਹੇ ਹੈ ਤੁਹਾਨੂੰ ਉਹਨਾਂ ਤੋਂ ਕੀ ਆਸ ਲੱਗਦੀ ਹੈਗੀ? ਅਸੀਂ ਆਸ ਕਰਦੇ ਹਾਂ ਅਸੀਂ ਆਪਦੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਨੇ 12 ਨੁਕਤੀ ਜਿਹੜਾ ਹੈ ਮੰਗ ਪੱਤਰ ਦਿੱਤਾ ਜਿਹ 'ਚ ਪੁਰਾਣੇ ਜਿਹੜੇ ਮਸਲੇ ਲੰਬੇ ਚੱਲੇ ਆ ਰਹੇ ਨੇ ਪੰਜਾਬ ਦੇ ਉਹ ਵੀ ਮੌਜੂਦਾ ਜਿਹੜੀਆਂ ਮਸਲੇ ਨੇ ਅਤੇ ਸਿੱਖਾਂ ਦੇ ਜਿਹੜੇ ਮਸਲੇ ਨੇ ਇਹ 3-4 ਚੀਜ਼ਾਂ ਜਿਹੜੀਆਂ ਨੇ ਅਸੀਂ ਉਹਦੇ 'ਚ ਟੇਕ ਅਪ ਕੀਤੀਆਂ ਨੇ ਅਤੇ ਸਾਨੂੰ ਉਮੀਦ ਹੈ ਵੀ ਉਹਨਾਂ 'ਚੋਂ ਮੈਂ ਸਾਰੇ ਤਾਂ ਨਹੀਂ ਕਹਾਂਗਾ ਪਰ ਕਾਫੀ ਹੱਦ ਤੱਕ ਉਹਨਾਂ ਨੂੰ ਜਿਹੜਾ ਪ੍ਰਧਾਨ ਮੰਤਰੀ ਜੀ ਉਹਦੇ ਕੁਛ ਨਾ ਕੁਛ ਪੰਜਾਬ ਨੂੰ ਦੇ ਕੇ ਜਾਣਗੇ। ਅਕਾਲੀ ਦਲ ਕਿੰਨੀਆਂ ਸੀਟਾਂ 'ਤੇ ਚੋਣ ਲੜ ਰਹੇ? ਦੇਖੋ ਹਜੇ ਕੋਈ ਇਹ ਫੈਸਲਾ ਨਹੀਂ ਹੋਇਆ ਸਾਡਾ ਇੱਕੋ ਹੀ ਜਿਹੜਾ ਹੈ ਟੀਚਾ ਰੱਖਿਆ ਵੀ ਜਿਹੜੀਆਂ ਵੀ ਕੋਈ ਪਾਰਟੀ ਦਾ ਜਿਹਦੇ ਕੋਲ ਵਧੀਆ ਉਮੀਦਵਾਰ ਹੈ ਜਿੱਥੋਂ ਜਿਹੜੀ ਜਿੱਤਣ ਦੀ ਸਥਿਤੀ 'ਚ ਆ ਉਹਨਾਂ ਨੂੰ ਸੀਟ ਤੋਂ ਉੱਥੋਂ ਉਮੀਦਵਾਰ ਬਣਾਏ ਜਾਣ। ਕਿਸੇ ਨੂੰ ਲੱਗਦਾ ਨਹੀਂ ਵੀ ਤੁਹਾਨੂੰ ਪਿੰਡਾਂ ਦੇ ਵਿੱਚ ਇਸ ਵਿਰੋਧ ਦਾ ਸਾਹਮਣਾ ਕਰਨਾ ਪਊਗਾ ਜਿਵੇਂ ਪਿੰਡਾਂ 'ਚ ਅੱਜ ਵੀ? ਦੇਖੋ ਅਸੀਂ ਗੱਲ ਮੋਦੀ ਪੱਖੀ ਲੋਕ ਹੈਗੇ ਹਾਂ ਦੇਖੋ ਗੱਲ ਇਹ ਹੈ ਪਹਿਲਾਂ ਤਾਂ ਸਭ ਤੋਂ ਵੱਡਾ ਮੁੱਦਾ ਸੀ ਕਾਲੇ ਕਾਨੂੰਨ ਅਸੀਂ ਵੀ ਉਹਦੇ ਵਿਰੋਧ ਸੀਗੇ ਉਹਦੇ ਕਰਕੇ ਢੀਂਡਸਾ ਸਾਹਿਬ ਨੇ ਆਪਦਾ ਪਦਮ ਭੂਸ਼ਣ ਵੀ ਵਾਪਸ ਕੀਤਾ ਪਰ ਹੁਣ ਜਿਵੇਂ ਕਿਸਾਨ ਯੂਨੀਅਨ ਦੇ ਆਗੂ ਰਾਜੇਵਾਲ ਸਾਹਿਬ ਨੇ ਵੀ ਕਿਹਾ ਵੀ ਜਿਹੜਾ ਮੇਨ ਮੁੱਦਾ ਜਿਹੜਾ ਹੈ ਕਿਸਾਨਾਂ ਦਾ ਉਹ ਹੱਲ ਹੋਇਆ ਅਤੇ ਇਸ ਲਈ ਕਿਸੇ ਵੀ ਪਾਰਟੀ ਦਾ ਵਿਰੋਧ ਕਰਨ ਦਾ ਅਸੀਂ ਨਹੀਂ ਕਹਾਂਗੇ ਉਹਦੇ ਵਿੱਚ BJP ਵੀ ਹੈ ਅਤੇ ਅਸੀਂ ਦੇਖੋ ਪਿਛਲਾ ਸਮਾਂ ਜ਼ਰੂਰ ਅਸੀਂ ਸਮਝਦੇ ਹਾਂ ਵੀ ਕੋਈ ਬੜਾ ਵਧੀਆ ਨਹੀਂ ਰਿਹਾ ਪਰ ਸਾਨੂੰ ਅੱਗੇ ਪੋਜ਼ਿਟਿਵ ਹੋ ਕੇ ਚੱਲਣਾ ਪੈਣਾ ਜੇ ਅਸੀਂ ਪੰਜਾਬ ਦੇ ਮਸਲੇ ਹੱਲ ਕਰਾਉਣੇ ਆ ਪੰਜਾਬ ਦੀਆਂ ਕੋਈ ਮੰਗਾਂ ਅਸੀਂ ਬਣਾਈਏ ਪੰਜਾਬ ਦੀ ਤਰੱਕੀ ਦੇ ਵਿੱਚ ਹਿੱਸਾ ਪਾਉਣਾ ਤਾਂ ਸਾਨੂੰ ਕੇਂਦਰ ਦੀ ਜਿਹੜੀ ਪਾਰਟੀ ਆ ਉਹਨਾਂ ਨਾਲ ਭਾਗੀਦਾਰ ਹੋ ਕੇ ਹੀ ਅਸੀਂ ਕੁਛ ਨਾ ਕੁਛ ਪੰਜਾਬ ਵਾਸਤੇ ਲੈ ਸਕਦੇ ਹਾਂ। ਹਾਂ ਵਿਰੋਧ ਲਈ ਤਾਂ ਵਿਰੋਧ ਅਸੀਂ ਜਿੰਨਾ ਮਰਜ਼ੀ ਕਰੀਏ ਉਹਦੇ ਨਾਲ ਫਾਇਦਾ ਤਾਂ ਕੋਈ ਨਹੀਂ ਹੋਣਾ। ਬਰਮਪੁਰੇ ਵਰਗੇ ਅੱਗੇ ਇਲਾਕੇ ਜੀ ਉਹ ਪੜ ਛੜੀ ਕਿਉਂ ਪੰਜਰੇ? ਉਹ ਲੰਬੇ ਸਮੇਂ ਤੋਂ ਦੇਖੋ ਉਹਨਾਂ ਦੀ ਗੱਲ ਚੱਲ ਰਹੀ ਸੀ ਸਾਨੂੰ ਨੌਲੇਜ ਵੀ ਸੀਗਾ ਪਰ ਅਸੀਂ ਨਹੀਂ ਸੀ ਚਾਹੁੰਦੇ ਵੀ ਚਲੋ ਉਹ ਜਾਣ ਉਹਨਾਂ ਦੀ 3-4 ਮਹੀਨਿਆਂ ਤੋਂ ਉੱਧਰ ਗੱਲ ਚੱਲ ਰਹੀ ਸੀ ਅਤੇ ਤਾਂ ਹੀ ਤੁਸੀਂ ਦੇਖੋਗੇ ਉਹਨਾਂ ਦੀ ਇਕੱਲੀ ਸੀਟ ਹੈ ਜਿਹੜੀ ਉੱਥੇ ਅਕਾਲੀ ਦਲ ਬਾਦਲ ਨੇ ਉਮੀਦਵਾਰ ਨਹੀਂ ਸੀ ਐਲਾਨਿਆ ਇਹ ਸਾਫ਼ ਸੀ ਵੀ ਉਹਨਾਂ ਨੂੰ ਇਹ ਇਸ ਗੱਲ ਦਾ ਸੀਗਾ ਇਲਮ ਵੀ ਬ੍ਰਹਮਪੁਰਾ ਸਾਹਿਬ ਵਾਪਸ ਆਉਣਗੇ ਅਤੇ ਇਹਦਾ ਜਵਾਬ ਤਾਂ ਬ੍ਰਹਮਪੁਰਾ ਸਾਹਿਬ ਦੇ ਸਕਦੇ ਨੇ ਵੀ ਕਿਉਂ ਗਏ ਉਹਨਾਂ ਨੇ ਸੌਹਾਂ ਖਾਧੀਆਂ ਹੋਰ ਕਿਸੇ ਲੀਡਰ ਨੇ ਨਹੀਂ ਜਿਹੜੀ ਪਹਿਲਾਂ ਅਕਾਲੀ ਦਲ ਟਕਸਾਲੀ ਬਣਾਇਆ ਸੀ ਉਹਨਾਂ ਨੇ ਇੱਕ ਗੱਲ ਦੀ ਅਕਾਲ ਤਖਤ ਸਾਹਿਬ 'ਤੇ ਜਾ ਕੇ ਪ੍ਰਤੀਗਿਆ ਕੀਤੀ ਸੀ ਵੀ ਅਸੀਂ ਵਾਪਸ ਜਿਹੜਾ ਬਾਦਲਾਂ ਨਾਲ ਹੱਥ ਨਹੀਂ ਮਿਲਾਵਾਂਗੇ ਅਤੇ ਉਹਨਾਂ ਨੇ ਤੋੜੀਆ ਉਹਦਾ ਜਵਾਬ ਲੋਕਾਂ ਨੂੰ ਉਹ ਦੇਣਗੇ ਅਸੀਂ ਕੀ ਦੇਣਾ? ਕਿਸਾਨੀ ਮਸਲੇ ਦੇ ਹੱਲ ਦੀ ਕੀਤੀ ਹੈ ਗੱਲ ਅਗਰਾਹਾਂ ਜਥੇਬੰਦੀ ਵੱਲੋਂ ਜਿਹੜਾ ਪ੍ਰਧਾਨ ਮੰਤਰੀ ਦੀ ਫੇਰੀ ਦਾ ਵਿਰੋਧ ਕਰਨ ਦਾ ਐਲਾਨ ਕੀਤਾ ਵੀ ਚਾਹੇ ਉਹ ਕਿਸਾਨ ਪਰਚੇ ਨੇ ਜਾਂ ਹੋਰ ਮੰਗਾਂ ਨੇ ਵੀ ਪੂਰਾ ਅਜੇ ਤੱਕ? ਦੇਖੋ ਜਿਹੜੇ ਅਸੀਂ ਵੀ ਇਸ ਗੱਲ 'ਤੇ ਪੂਰੇ ਹਾਂ ਅਸੀਂ ਸਾਰੀਆਂ ਮੰਗਾਂ ਪੂਰੀਆਂ ਕਰਾਉਣ ਲਈ ਅਸੀਂ ਪੂਰਾ ਦਬਾਅ ਪਾਵਾਂਗੇ ਚਾਹੇ ਕਿਸਾਨਾਂ ਦੇ ਪਰਚੇ ਨੇ ਚਾਹੇ ਜਿਹੜੇ ਸ਼ਹੀਦ ਹੋਏ ਨੇ ਉਹਨਾਂ ਨੂੰ ਮੁਆਵਜ਼ਾ ਦੇਣ ਦੀ ਗੱਲ ਹੈ
सारे लिए असी जी बीजेपी तो पूरा दबाव साड़ी पार्टी बनाएगी भी वो मसले हल होने चाहिए ने। असी जिहड़ा है उगराह साहब की इस गल नाल सहमत। दूजी गल जिवें तुसीं दस्सिया भी भाजपा नाल समझौते की गल चली है, बीबी ने बयान दिता पिछले दिन भी जिहड़ा पद्म श्री दिता गया सी वह एक ढींडसा साहब नूं साई पढ़ाई गई सी, पर किसान संघर्ष के दबा हेठ है जिहड़ा ये लम्मा चलिया जिहड़ा हुण है वह समझौता हो गया वह सौदा। देखो मैं एक गल दसदा, असी कदे नहीं कहा भी साडे रिलेशन बीजेपी नाल चंगे नहीं हैगे, पर असी जिहड़े किसान संघर्ष के सब तो पहला असी खड़े नाल, सब तो पहला ढींडसा साहब नूं चिट्ठी लिखी, सब तो ढींडसा साहब ने पद्म भूषण वापस किया, ऑल पार्टी मीटिंग भी असी स्पष्ट रूप में हाँ जी कि अकाली दल तो उन्होंने हक च भुगतिया असी स्पष्ट रूप में उसका विरोध किया। तो ये जो सारे समीकरण बने ने यह किसानों के बिल वापस लैन तो बाद ने, जे किसान बिल ना वापस होने असी मैं अज मैं कह रहा भी असी नहीं जाना सी उन्होंने, पर हुण कानून वापस हो गया जिहड़ा मेन मसला सी, हुण समीकरण बदले ने तो उस चीज़ नूं असी चाहते हैं भी इतने तक नहीं असी पंजाब वास्ते कोई फायदा भी लईए, क्योंकि केंद्र सरकार तो जे असी होर मंगा ने चाहे किसानों करजे कोई छोट दवानी है माफ़ करवाना है पंजाब के किसानी के होर मसले हल कराने ने वो भी केंद्र नहीं करने, ज़्यादा वड्डी ताकत केंद्र को है, तो जे असी उन्होंने नाल जिहड़ा है उन्होंने तो ऐ दूरी बना के रखेंगे फिर किवें मसले हल होंगे। वड्डे फैसलों का 5 तरीक नूं ऐलान हो सकता है? देखो असी बेनती तो उन्होंने की है तो उम्मीद है भी कुछ ना कुछ ऐलान जरूर हो गए, 14 करोड़ का घपला कर ऐलान बार बार लग रहे। मैं मेरी गल सुनो, मैं बीबी जी को चैलेंज करना 14 करोड़ छोड़ो, बीबी जी 14 रुपए का घपला ही साबित कर दे, मैं सियासत छोड़ दूँ मैं इलेक्शन नहीं लड़ता, 14 करोड़ नहीं 14 रुपये का घपला साबित कर दे मैं इलेक्शन नहीं लड़ता। बीबी जी बुखलाहट के आके कई गल्ला कर रहे, थोड़ी सरकार है बीबी जी मैं पूछना चाहना, पिछले 5 साल तो थोड़ी सरकार है, अज थोनू 5 साल पूरे होने तो बाद घपघपले देखने लग पे, ये सिर्फ सियासत है, क्योंकि उन्होंने ये महसूस हो रहा है भी लोग उन्हों तो निराश ने, उन्होंने कारगुजारी तो निराश ने भी उन्होंने हार दिख रही है, इस करके यह जे गल चाहे उन्होंने कहा जी फैक्टरी उत्थे लियांदी सी मैं रोकती, कि फैक्टरी लियांदी सी MLA या मैं किस रूप से रोक सकता किसी भी लियाने तो। ओ की सवेर दे खेडी जांदे हो तुसी, ओ बस करो पढ़ भी लाओ हुण। यस चीटर 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 झूठा की था दा एमए चीटिंग करके जीतदा रहंदा सो मेनू मैं कोई चीटिंग नहीं कीती, ओ आता झूठियां कसमा खाई जांदा है धोखेबाज किसी थां दा पाप लगू पाप। ओ कप्पू तू एवें इन झूठियां सौं क्यों खाई जाना, मैं सो खादी तो तहनु इन्नी पीड़ होगी, आ सरकार ने इन्नी सोहा खादिया वादे कीते उन्हां दा की कहा सी घर घर रोजगार मिलूगा दितिया घर घर नौकरियां, मेरा वीरा हुड़ भी तके खांदा नाले नशे करदा, नशा खत्म करन दी भी तो सौ खादी सी इन्हां ने, किसानां दे कर्जे माफ करन दी सौ हो गए सब दे सारे कर्जे माफ, बापू दे तां खेत भी बैंक वाले लै गए, इस कांग्रेस सरकार तो क्यों नहीं जवाब मांगदे।